ਮਾਇਆ ਡੋਲਦੀ ਹੈ, ਆਕਾਸ਼ ਡੋਲਦਾ ਨੀ, ਆਕਾਸ਼ ਚ ਜੁੜ ਕੇ ਅਡੋਲ ਹੋ ਜਾਂਦਾ, ਫਿਰ ਮਾਇਆ ਤੋਂ ਵੱਖਰਾ ਹੋ ਜਾਂਦਾ। ਚੌਪਾਈ ਕੁਛ ਕਹਿੰਦੀ ਹੈ, ਦੇਖੋ ਚੌਪਾਈ ਕੀ ਕਹਿੰਦੀ ਹੈ, ਚੌਪਾਈ ਨੂੰ ਕਹਿ ਦਿੰਦੇ ਸੀ ਬਾਬਰਵਾਲ ਕਿੱਥੇ ਹੈ। ਚੌਪਾਈ ਦੇ ਨਾਲ ਅਰਥ ਜਿਹੜੇ ਸਾਫ ਸੁਣੇ ਕੀਤੇ ਨੇ ਆਦ ਦੇ, ਠੀਕ ਹੈ, ਤੇ ਉਹਦੀ ਫਿੱਟ ਆਉਂਦੇ ਸਨ ਸਾਸੂ ਦੇ ਨਾਲ, ਇਹਨਾਂ ਵਾਲੇ ਅਰਥ ਦੇ ਬਾਬਣ ਵਾਲੇ ਠੀਕ ਨੀ ਆਉਂਦੇ ਫਿੱਟ, ਉਹਨਾਂ ਨੂੰ ਇਹਨਾਂ ਨੇ ਛੱਡਣਾ ਨੀ, ਉਹਨਾਂ ਨੂੰ ਛੱਡਣੀ ਪ੍ਰੋਬਲਮ ਇਹ ਆਉਂਦੀ ਹੈ, ਕਹਿੰਦੇ ਦਸ ਨੂੰ ਪਰੇ ਕਰੋ, ਕਿਉਂਕਿ ਉਹ ਅਰਥਾਂ ਨੂੰ ਇਹਨਾਂ ਨੇ ਸੁਧਾਰ ਲੈਣ ਦੀ ਠੀਕ ਦੀ ਗੱਲ ਹੈ, ਜੇ ਉਹ ਠੀਕ ਕਹਿੰਦੇ ਫਿਰ ਖਤਮ ਨੇ। ਇਹ ਆਪਣੀ ਮੌਤ ਨੂੰ ਦੇਖਦੇ ਨੇ ਸਾਫ ਸੁਥਰੇ ਟੀਕੇ ਤੋਂ, ਰੱਦ ਹੋਣਾ ਇਹਨਾਂ ਦੀ ਮੌਤ ਹੈ। ਸੰਪਰਦਾਵਾਂ ਕੋਈ ਵੀ ਨੀ ਛੱਡਦੀਆਂ, ਜੇ ਕੋਈ ਕਹਿੰਦਾ ਰਾਗਮਾਲਾ ਬਾਣੀ ਆ ਉਹ ਨੀ ਛੱਡਦਾ, ਕੋਈ ਮੂਲ ਮੰਤਰ ਕਹਿੰਦਾ ਉੱਥੇ ਤੱਕ ਹੈ ਉਹ ਨੀ ਛੱਡਦਾ, ਇਹ ਸਾਰੇ ਇਸ ਤਰ੍ਹਾਂ ਹੀ ਫਸੇ ਹੋਏ ਜੀ। ਆਪਾਂ ਨੇ ਰਾਗਮਾਲਾ ਤੇ ਲੈਣਾ ਕੀ ਹੈ, ਗੁਰਬਾਣੀ ਕੀ ਕਹਿੰਦੀ ਹੈ ਤੇ ਲੈਣਾ। ਹਾਂਜੀ, ਨਹੀਂ ਮੈਂ ਉਹ ਦੱਸ ਰਿਹਾ ਵੀ ਜਿਹੜਾ ਜਿੱਥੇ ਅਟਕ ਗਿਆ ਉਹ ਤੋਂ ਗਾਹਾਂ ਵੱਧਦਾ ਨਹੀਂ। ਦੇਖੋ ਜੇ ਰਾਗਮਾਲਾ ਉੱਥੇ ਰਹੂ ਤਤਕਰਾ ਰਹੂ ਕੁਛ ਨੀ ਫਰਕ ਪੈਂਦਾ। ਇਹ ਪਏ ਵਿਦਵਾਨ ਹੁੰਦੇ ਨੇ ਨਵੇਂ ਸਟੰਟ ਸ਼ੁਰੂ ਕਰਕੇ ਉਹ ਬੈਚ ਪੈਣਾ, ਕਿਉਂਕਿ ਅਸਲੀ ਮੁੱਦਾ ਤਾਂ ਉਹਨਾਂ ਨੇ ਅਸਲੀ ਮੁੱਦੇ ਵੱਲ ਨੀ ਜਾਣਾ। ਵਿਦਵਾਨਾਂ ਨੇ ਨਾ ਗੁਰਬਾਣੀ ਸਮਝਣੀ ਹੈ ਨਾ ਬੋਲਣੀ ਹੈ, ਇਹ ਤਾਂ ਇਹਨਾਂ ਦਾ ਵਰਕਾ ਹੀ ਪਾੜਿਆ ਹੈਗਾ। ਨੌਂ ਵੀ ਬਣਾ ਕੇ ਰੱਖਣਾ ਸਿੱਖੀ ਚ ਆਪਣਾ, ਚੌਧਰ ਵੀ ਰੱਖਣੀ ਹੈ, ਕੰਮ ਨੀ ਕਰਨਾ ਰਾਹ ਨੀ ਤੁਰਨਾ, ਇਹ ਉਹ ਨੇ ਅਸਲ ਚ ਵਿਦਵਾਨਾਂ ਦਾ ਵਿਸ਼ਾ ਹੀ ਨੀ ਹੈ ਗੁਰਬਾਣੀ, ਗੁਰਮੁਖਾਂ ਦਾ ਵਿਸ਼ਾ। ਆਪੇ ਹਟ ਜਾਣਗੇ ਇਹ ਧੱਕੇ ਖਾ ਕੇ ਹਟਣਗੇ, ਹੁਣ ਸੰਗਤ ਰਿਆਂ ਨਿਕਾਲ ਦੇਣੇ, ਹੁਣ ਤੇ ਇਹਦਾ ਪਤਾ ਹੀ ਨੀ ਸੀ, ਕਿਸੇ ਨੂੰ ਕੋਈ ਬੋਲਿਆ ਹੀ ਨੀ, ਦੂਆ ਤਾਂ ਕੋਈ ਬੋਲਿਆ ਹੀ ਨੀ। ਗੁਰੂਆਂ ਨੇ ਚੁੱਪ ਕਰਾਤੇ ਤੇ ਪੰਡਿਤ ਸਾਰੇ ਹੀ, ਭਗਤਾਂ ਨੇ ਚੁੱਪ ਕਰਾਤੇ ਤੇ ਸਾਰੇ ਝਿੜਕ ਕੇ, ਇਹ ਝਿੜਕੇ ਤੇ ਚੁੱਪ ਕਰਦੇ ਹੁੰਦੇ ਨੇ, ਏਦਾਂ ਨੀ ਕਰਦੇ ਹੁੰਦੇ। ਜਿਨ ਨਰ ਨਾਮ ਤਿਹਾਰੋ ਕਹਾ, ਜਿਨ ਨਾਮ ਤਿਹਾਰੋ ਕਹਾ, ਜਿਨ੍ਹਾਂ ਨੇ ਤੇਰਾ ਨਾਮ ਕਿਹਾ, ਦੇਖੋ ਉਹੀ ਕਿਹਾ ਕਹਿ, ਜਿਨ੍ਹਾਂ ਨੇ ਰਾਮ ਕਿਹਾ, ਰਾਮ ਕਹਿਣ ਪੇ ਭੇਦ ਹੈ, ਤੇਰਾ ਨਾਮ ਕਹਿਣ ਪੇ ਭੇਦ ਹੈ, ਸਾਰੇ ਕਹਿੰਦੇ ਨੇ ਨਾਮ ਤੇਰਾ, ਇਹ ਤਾਂ ਭੇਦ ਹੈ। ਵੀਰ ਵੀ ਕਹਿੰਦਾ ਰਾਮ ਕਹਿਣ ਪੇ ਭੇਦ ਹੈ, ਇਹ ਕਹਿ ਰਹੀ ਹੈ ਚੌਪ, ਜਿਨ ਜਿਨ ਨਾਮ ਤਿਆਰੋ ਕਹਾ, ਜਿਨ ਨਰ ਹੈ, ਨਰ ਲਿਖਿਆ ਨਰ ਤੋਂ ਖਾਸ ਫਿਰ ਬੰਦੇ ਵਾਸਤੇ ਹੀ ਗੱਲ ਆਉਂਦੀ ਹੈ, ਜਿਨ ਨਰ ਨਾਮ ਤਿਆਰੋ ਕਹਾ, ਇਸਤਰੀ ਦੇ ਵਾਸਤੇ ਤਾਂ ਮਤਲਬ ਇਹਦੀ ਹੈ ਨਾਮ ਦੀ, ਉਹਦੇ ਵਾਸਤੇ ਤਾਂ ਹੋਰ ਕੁਛ ਹੈ, ਠੀਕ ਹੈ ਜੀ, ਉਹਦੇ ਤਾਂ ਉਹਦਾ ਤਾਂ ਕਨਸੈਪਟ ਨੀ ਇਸਤਰੀ ਦਾ, ਸਾਰੀ ਬਾਣੀ ਇਹ ਉਹਦਾ ਕਨਸੈਪਟ ਜਿਹੜਾ ਇਸਤਰੀ ਦੇ ਸ਼ਬਦ ਅਲੱਗ ਹੈਗੇ, ਠੀਕ ਹੈ ਜੀ। ਦਾਰਦ ਦੁਸ਼ਟ ਦੁੱਖ ਤੇ ਰਹਾ, ਆਧਾਰੇ ਦਰਿਦਰ ਸਾਰੇ ਦੂਰ ਹੋ ਜਾਂਦੇ ਨੇ, ਦੁਸ਼ਟਾਂ ਦਾ ਜਿਹੜੇ ਦੁਸ਼ਟ ਉਹਨੂੰ ਦੁਖੀ ਕਰਨ ਵਾਲੇ ਨੇ ਉਹ ਤਾਂ ਬਚ ਜਾਂਦਾ, ਕੋਈ ਦੁਸ਼ਟ ਦੁਖੀ ਨੀ ਕਰ ਸਕਦਾ। ਆ ਦਰਿਦਰ ਜਿਹੜਾ, ਦਰਿਦਰ ਕੀ ਹੁੰਦਾ ਅਸਲ ਵਿੱਚ, ਦਰਿਦਰ ਹੁੰਦਾ ਅੱਜ ਦਾ ਕੰਮ ਕੱਲ ਦੇ ਛੱਡੀ ਜਾਂਦਾ, ਜਿਹੜੇ ਲੇਜ਼ੀ ਦੇ ਵਿੱਚ ਹੈ ਉਹ ਦਰਿਦਰ ਹੈ। ਅੱਛਾ ਜੀ, ਚੱਲ ਕਰ ਲਾਂਗੇ, ਅਜੋ ਬਥੇਰਾ ਟਾਈਮ ਆਹ ਕੰਮ ਕਰਕੇ ਕਰ ਲਾਂਗੇ, ਉਹ ਕੰਮ ਕਰਕੇ, ਫੇਰ ਉਹ ਜਾਂ ਦਰਿਦਰ ਦੂਰ ਹੋ ਜਾਂਦਾ, ਫੇਰ ਕਹਿੰਦਾ ਵੀ ਅਗਲੇ ਸਾਲ ਕੀ ਪਤਾ ਭਾਈ ਆਵੇ ਨਾ ਆਵੇ, ਕਹਿੰਦਾ ਵੀ ਅਗਲਾ ਸਾਲ ਦਾ ਭਰੋਸਾ ਨੀ ਆਉਣ ਨਾ ਆਉਣ ਦਾ, ਉਹ ਦਰਿਦਰ ਦੂਰ ਹੋ ਗਏ, ਠੀਕ ਹੈ, ਕੱਲ ਕਰੇ ਸਵਾਦ ਕਰਨਾ, ਹਾਂਜੀ ਹਾਂ ਉਹ ਗੱਲ ਹੈ, ਉਹ ਦਰਿਦਰ ਹੈ, ਇਹ ਕਹਿੰਦਾ ਵੀ ਦਰਿਦਰ ਉਹਦਾ ਦੂਰ ਹੋ ਗਿਆ ਜਰੂਰ ਬਈ ਮਿਲ ਕੇ, ਹਾਂਜੀ ਤਾਂ ਇਹ ਕਹੂ ਨਾ, ਹਾਂਜੀ ਇਹਨਾਂ ਦੇ ਤਾਂ ਦਰਿਦਰ, ਉਹ ਦਰਿਦਰ ਕੌਣ ਸੀ ਇਹਨਾਂ ਦਾ, ਗਰੀਬ ਰੱਬ, ਉਹ ਗਰੀਬ ਗਿਆਨ ਤੋਂ ਸੱਖਣਾ ਗਰੀਬ ਸੀਗਾ ਰੱਬ, ਜਦ ਉਹ ਦਰਿਦਰ ਦੂਰ ਹੋਈ ਤਾਂ ਸੁਦਾਮ ਆਇਆ, ਉਹ ਅਨਾਮ ਧਨ ਮਿਲਿਆ, ਦਾਮ ਕੱਲੇ ਹੁੰਦੇ ਨੇ ਜਿਹੜਾ ਸੰਸਾਰੀ ਧਨ ਹੈ, ਜਿਹੜੇ ਗੁੱਗੇ ਦਮਾਂ ਦਮ ਹੈ ਉਹ ਸੰਸਾਰੀ ਮਾਇਆ ਹੈ, ਜਿਹੜਾ ਸੁਦਾਮ ਹੈ ਉਹ ਤਾਂ ਨਾਮ ਧਨ ਹੈ ਉਹ।
ਠੀਕ ਆ। ਫੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹੱਥ ਦੇ ਲਿਹੋ ਬਾਰੀ। ਖੜਕ ਤੋ ਜਾ ਤੋ ਜਾ ਖੜਕ ਕਾਲ ਰੂਪ ਹੈ, ਕਾਲ ਤੂੰ ਹੀ ਕਾਲੀ ਤੂੰ ਹੀ ਖੜਕ ਪੈਦਾ ਕਰਨ ਵਾਲਾ ਉਹ ਖੜਕੇ ਤੂੰ ਹੈ। ਜਦ ਵੀ ਖੜਕ ਪੈਦਾ ਕਰਦਾ ਉਹ ਹੀ ਕਰਦਾ ਪੈਦਾ, ਖੜਕ ਹਮੇਸ਼ਾ ਦੀ ਰਹਿੰਦੀ, ਆਪ ਹਮੇਸ਼ਾ ਰਹਿੰਦਾ ਉਹ। ਮੈਂ ਤੇਰੀ ਛੱਡ ਖੜਕੇ, ਮੈਂ ਤੇਰੀ ਛੱਡ। ਤੇ ਜਿਹੜਾ ਅੱਖਰ ਖੰਡਾ ਹੈਗਾ, ਖੰਡਾ ਉਹ ਵੀ ਫਿਰ ਖੜਕ ਦੇ ਨਾਲ ਮਿਲਦਾ? ਖੰਡਾ ਹਾਂ, ਖੰਡਾ ਦੋ ਨੇ ਨਾ ਹੋ ਵਿਚਾਰਧਾਰਾਵਾਂ, ਇੱਕ ਮਨ ਦੀ ਇੱਕ ਚਿੱਤ ਦੀ, ਖੰਡਾ ਤਾਂ ਹੀ ਬਣਦਾ। ਅੱਛਾ ਜੀ, ਦੇਖੋ ਨਾ ਆਪਣੇ ਭਾਣ ਦਾ ਜਿਹੜਾ ਹੈਗਾ, ਜਿਵੇਂ ਜਿਹੜਾ ਸੰਸਾਰੀ ਆਦਮੀ ਹੈ ਆਪਣੇ ਭਾਣ ਚੱਲਦਾ, ਹਾਂਜੀ, ਉਹਦੇ ਕੋਲ ਕੀ ਹੈ, ਇੱਕ ਕਲਕਾਤੀ ਹੈ, ਕਲਕਾਤੀ ਰਾਜੇ ਕਾਸਾਈ, ਇੱਕ ਸੱਚ ਕੀ ਕਾਤੀ ਹੈ, ਕਲਕਾਤੀ ਝੂਠ ਕੀ ਕਾਤੀ ਹੈ, ਪਾਪ ਦੀ ਕਲ ਪਾਪ ਨੂੰ ਕਹਿੰਦੇ। ਮਾਇਆ ਤੋਂ, ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਈ ਹੋਈ ਹੈ, ਬੁੱਧ ਸਾਰੀ ਉਪਤਾ ਹੋਈ ਨੇ ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਈ ਹੋਈ। ਹਾਂਜੀ, ਖੜਕੇ ਦਾ ਕੀ ਪੂਰਾ ਮਤਲਬ ਬਣਦਾ ਜੀ? ਕਿਤੂ ਜਿਹਨੇ ਕੀਤੀ ਹੈ ਖੜਕ, ਪੈਦਾ ਕੀਤੀ ਹੈ, ਇਹ ਗਿਆਨ ਖੜਕ ਹੈ, ਗਿਆਨ ਖੜਕ ਹੀ ਹੈ, ਹੁਕਮ ਕਹਿ ਲੋ। ਆਪ ਹੱਥ ਦੇ ਲਿਹੋ ਬਾਰੀ, ਸਰਵ ਠੋਰ ਮੋਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਹਾਂ, ਤੂੰ ਆਪਣਾ ਹੱਥ ਦੇ ਕੇ ਮੈਨੂੰ ਬਚਾ, ਸਰ ਆਪ ਹੱਥ ਦੇ ਲਿਓ ਬਾਰੀ, ਬੁਰਾ ਹੱਥ ਧਰਿਓ ਮੇਰੇ ਮਾਥਾ, ਜਿਹੜੀ ਉਹਦੀ ਕਿਰਪਾ ਹੋਈ ਉਹਦਾ ਹੱਥ ਹੈ, ਜਿਹੜੀ ਕਿਰਪਾ ਹੋਈ ਹੱਥ ਹੈ ਉਹਦਾ, ਆਪ ਹੱਥ ਦੇ ਲਿਓ ਬਾਰੀ, ਸਰਵ ਠੋਰ ਮੋਹੋ ਸਹਾਈ, ਸਰਵ ਠੋਰ ਦੇ ਵਿੱਚ ਤੂੰ ਮੇਰੀ ਸਹਾਇਤਾ ਕਰ, ਦੁਸ਼ਟ ਦੋ ਲਿਓ ਬਚਾ। ਦੁਸ਼ਟ ਲੋਕ ਆ ਗਿਆ ਲਫ਼ਜ਼, ਦੁਸ਼ਟ ਦੋਖ ਦੀ ਗੱਲ ਹੈ, ਦੁੱਖ ਕਿਹਦੇ ਨਾਲ ਦੁਸ਼ਟ ਲੱਗਿਆ, ਜਿਹੜੇ ਸੰਸਾਰ ਦੇ ਆਦਮੀ ਉਹ ਨੀ, ਉਹਨਾਂ ਨਾਲ ਨੀ ਲੱਗਿਆ। ਦੁਸ਼ਟ ਦੋਖ ਦਾ ਮਤਲਬ ਇਹ ਨੀ ਹੈ ਵੀ ਮੇਰੇ ਦੁਸ਼ਮਣ ਤੋਂ ਬਚਾ ਲਿਓ, ਜਿਹੜੇ ਦੋਖ ਨੇ ਉਹ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਤੋਂ ਰੱਖਿਆ ਕਰਦੀ ਹੈ, ਜਿਹੜਾ ਮੇਰਾ ਦੁਸ਼ਮਣ ਹੈ ਸੰਸਾਰੀ ਤੌਰ ਤੇ ਆਦਮੀ, ਉਹਦੀ ਵੀ ਮੈਂ ਕਹਿੰਦਾ ਤੂੰ ਮੇਰੀ ਰਾਖੀ ਕਰੀ, ਉਹ ਨੀ ਕਹਿ ਸਕਦੇ, ਉਹ ਤੁਹਾਡੇ ਦੇ ਖਿਲਾਫ਼ ਚਲੀ ਜਾਓ ਗੱਲ। ਅਸੀਂ ਮੰਗ ਸਕਦੇ ਹਾਂ ਸਿਰਫ ਇੰਨੀ ਨੂੰ ਗੱਲ ਮੰਗ ਸਕਦੇ ਹਾਂ, ਜਿਹੜਾ ਸੰਸਾਰੀ ਦੁਸ਼ਮਣ ਹੈ ਉਹਦੇ ਖਿਲਾਫ਼ ਨੀ ਮੰਗ ਸਕਦੇ ਕਦੇ ਵੀ। ਉਹ ਤਾਂ ਜੱਗ ਦੇ ਵਿੱਚ ਜੋ ਭਾਣੇ ਤੇਰਾ ਹੋਣਾ, ਤੇਰੇ ਹੁਕਮ ਦੇ ਜਮਣਾ ਬੰਦ, ਉਹ ਤਾਂ ਇੰਟਰਵਿਊਅਰ ਹੋਜੂ, ਜਿੱਥੇ ਤੱਕ ਤਾਂ ਮੇਰੇ ਉਹਦੇ ਤੋਂ ਫਿਰ ਨੁਕਸਾਨ ਦੀ ਗੱਲ ਹੈ ਨਾ, ਵਕਾਰਾਂ ਤੋਂ ਜਿਹੜੀ ਮੇਰੀ ਜਾਂਦਾ ਵਕਾਰਾਂ ਨਾਲ, ਉਹਦੇ ਤਾਂ ਤੇਰੀ ਮੈਂ ਮਦਦ ਮੰਗੂਗਾ ਜ਼ਰੂਰ, ਰਕਸ਼ਾ ਕਿਤੇ ਸਾਖੀਆ ਸਾਗਰ ਸਬਦੰਗ ਕਿ ਮਾਰਾ ਵਕਾਰਸਤ ਦਰ ਵਕਤ ਜਮਦੋ, ਉਦੋਂ ਤਾਂ ਮੈਂ ਤੇਰੀ ਮਦਦ ਮੰਗੂਗਾ, ਜਿਹੜੀ ਅੱਜ ਮੈਦਾਨੀ ਜੰਗ ਦੇ ਵਿੱਚ ਜਿਹੜੀ ਹੈਗੀ ਹੈ ਉੱਥੇ ਦੀ ਮਦਦ ਮੰਗਣੀ ਤੇਰੀ, ਉੱਥੇ ਤੇਰਾ ਹੋ ਕੰਮ, ਉਹ ਨੀ ਮੰਗ ਸਕਦੇ, ਜੇ ਤਾਂ ਦੂਜੀ ਤਰ ਜਿਤਾਉਣਾ ਹੋਵੇ ਤਾਂ ਫੇਰ ਉੱਥੇ ਚਮਕੌਰ ਸਾਹਿਬ ਦੇ ਹੋਈ ਨੀ ਜਾਂਦਾ, ਸਾਹਿਬਜ਼ਾਦੇ ਸ਼ਹੀਦ ਨੀ ਹੋਏ, ਉੱਥੇ ਤੇਰਾ ਭਾਣਾ ਮਿੱਠਾ ਲੱਗ ਗਿਆ ਫਿਰ। ਹਾਂਜੀ ਹਾਂਜੀ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਜਗ ਮਾਤਾ ਨੇ, ਜਗ ਮਾਤਾ ਵੀ ਉਹ ਆਪੇ ਹੀ ਆ, ਆਪੇ ਪਿਤਾ ਆਪੇ ਮਾਤਾ, ਕਿਰਪਾ ਕਰੀ
ਸ਼ਾਮ ਨੂੰ ਗ੍ਰੰਥ ਪੂਰਾ ਕੀਤਾ, ਸਭ ਰਾਤਾ ਹੈ, ਸਾਂਭਣਾ ਸੀ ਇਹਦਾ ਮਤਲਬ ਹੈ ਸਾਂਭਦਾ। ਕਿਰਪਾ ਕਰੀ ਹਮ ਪਰ ਜਗ ਮਾਤਾ, ਪਰਮੇਸ਼ਰ ਨੇ ਕਿਰਪਾ ਕਰੀ ਜਗ ਮਾਤਾ ਨੇ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਠੀਕ ਹੈ ਜੀ। ਸੁਭ ਰਾਤਾ ਗ੍ਰੰਥ ਸ਼ਾਮ ਦੇ ਟਾਈਮ ਪੂਰਾ ਕੀਤਾ। ਅੱਛਾ ਜੀ। ਹੱਥ ਨੇੜਾ ਹੋ ਗਿਆ ਹੁਣ। ਅੱਛਾ ਜੀ। ਹਾਂ ਐ ਵੀ ਹੈ ਵੀ ਟਾਈਮ ਕਿਹੜਾ ਸੀ। ਵੀ ਅੱਜੇ ਪੂਰਾ ਕਰਨਾ, ਦੀਵੇ ਦੀ ਰੋਸ਼ਨੀ ਦਾ ਸਾਰਾ ਲਿਆਊਗਾ। ਠੀਕ ਹੈ ਜੀ। ਇਹ ਦਸਮ ਵਾਸਤੇ ਕਿਹਾ ਨਾ, ਆਪਸ ਜਿਹੜਾ ਸੀ। ਅੱਛਾ ਜੀ, ਆਪਸ ਸਾਰਾ ਦੱਸੋ ਜੀ। ਹਾਂ ਹਾਂ, ਆ ਜਿਹੜਾ ਪਸੰਦ ਹੈ ਨਾ, ਚੌਪ ਇਹ ਚੱਲਦੀ ਹੈ ਚੌਪ ਹੀ। ਠੀਕ ਹੈ। ਮਹਾਂਕਾਲ ਦੀ ਚੌਪ ਹੀ ਉਹਦੇ ਚੋਂ ਆਈ ਆ ਨਾ, ਇਹ ਜਿਹੜਾ ਆਖਰੀ ਚਰਿੱਤਰ ਹੈ ਮਹਾਂਕਾਲ ਦਾ, ਤ੍ਰਿਆ ਚਰਿੱਤਰ ਦਾ। ਅੱਛਾ ਜੀ। ਉਹਦੇ ਚੋਂ ਆਈ ਹੋਈ ਹੈ। ਇਹ ਤੇ ਬਾਅਦ ਤਾਂ ਫਿਰ ਉਹ ਅਸਲ ਦੇ ਵਿੱਚ ਤਾਂ ਇੱਥੇ ਹੀ ਸਮਾਪਤ ਹੋ ਗਿਆ ਗ੍ਰੰਥ। ਜਫ਼ਰਨਾਮਾ ਜਫ਼ਰਨਾਮਾ ਕਿਹੜਾ ਐਡ ਕੀਤਾ ਹੋਇਆ ਫਿਰ? ਜਫ਼ਰਨਾਮਾ ਲਿਖਿਆ ਵੀ ਬਾਅਦ ਚ ਸੀ, ਜੰਗ ਹੋਈ ਤੋਂ ਬਾਅਦ ਲਿਖਿਆ ਸੀ ਉਹ ਸਾਹਿਬ ਦੀ। ਠੀਕ ਹੈ ਜੀ। ਉਹ ਹੈ ਹਾਂਜੀ ਇਹੀ ਹੈ। ਕਿਲਬਿਕ, ਠੀਕ ਹੈ ਜੀ। ਕਿਲਬਿਕ ਸਕਲ ਦੋਖ ਕੋ ਹਰਤਾ, ਦੁਸ਼ਟ ਦੋਖੀਓਂ ਕੇ ਛੈ ਕਰਤਾ। ਕਿਲਬਿਕ ਸਕਲ ਦੇਖ, ਦੇਹ ਹੈ ਕਿ ਦੋਖ ਹੈ? ਦੋਖ ਕੋ ਹਰਤਾ ਹੈ ਜੀ ਇੱਥੇ, ਦੇਖ ਹੈ ਸ਼ਾਇਦ, ਦੇਖ ਦੇਖ ਕੋ ਹਰਤਾ, ਦੇਹ ਹੈ, ਦੇਖ ਹਾਂਜੀ ਦੇਹੀ ਹੈ ਨਾ, ਹਰਦਾ ਦੇਹੀ ਗੁਪਤ ਦੇਖ ਹੈ, ਕਿਲਬਿਕ ਉਹਦੇ ਵਿੱਚ ਹੁੰਦੇ ਨੇ, ਬਾਲ ਨੀ ਦੇਹੀ, ਬਾਲ ਸ਼ਰੀਰ ਚ ਕਿਲਬਿਕ ਨੀ ਹੁੰਦੇ, ਕਿਲਬਿਕ ਅੰਦਰ ਨੀ ਦੇਹੀ ਦੇ ਵਿੱਚ ਹੁੰਦੇ ਨੇ, ਵੇਖੋ ਦੀਆਂ ਮਾਇਆ, ਮਾਇਆ ਵਾਸਤੇ ਜਿਹੜੀਆਂ ਚਿੰਤਾਵਾਂ ਨੇ ਨਾ, ਹਾਂਜੀ ਕਿਸੇ ਕਿਸਮ ਦੀ ਹੈ ਉਹਨੂੰ ਕਿਲਬਿਕ ਕਹਿੰਦੇ ਨੇ। ਗੱਲ ਦੇਖ ਕੋ ਹਰਤਾ, ਦੇਖ ਦੇਖ ਕੋ ਹਰਤਾ, ਇੱਥੇ ਨਾ ਦੇਖ ਲਿਖਿਆ, ਕਿਲਬਿਕ ਸਕਲ ਦੇਖ ਕੋ ਹਰਤਾ, ਦੁਸ਼ਟ ਦੋਖੀਅਨ ਕੇ ਛੁਐ ਕਰਤਾ। ਇਹ ਤਾਂ ਲਫ਼ਜ਼ ਨਹੀਂ ਬਣਦਾ। ਕਿਲਬਿਕ ਸਕਲ ਦੇਹ ਕੋ ਹਰਤਾ ਹੈ, ਦੇਹ ਅੱਛਾ ਅੱਛਾ ਜੀ, ਜਿਹੜੇ ਦੇਹੀ ਵਿੱਚ ਕਿਲਬਿਕ ਨੇ ਸਾਰੇ ਹਿਰਦੇ ਵਿੱਚ ਨੇ, ਉਹਨਾਂ ਦੇ ਹਰਨ ਕਰਨ ਵਾਲਾ। ਠੀਕ ਹੈ ਜੀ। ਠੀਕ ਹੈ ਜੀ। ਦੁਸ਼ਟ ਦੋਸ਼ੀ ਕਰਤਾ, ਹਾਂਜੀ ਉਹ ਜਿਹੜੇ ਦੁਸ਼ਟ ਲੋਕੀ ਨੇ ਵਾਲ ਲੈ ਰਹੇ, ਉਹ ਕੌਣ ਨੇ ਦੁਸ਼ਟ ਲੋਕੀ? ਗੁਰਮਤ ਤੋਂ ਉਲਟ ਪ੍ਰਚਾਰ ਕਰਨ ਵਾਲੇ, ਗੁਰਮਤ ਦੇ ਰਸਤੇ ਵਿੱਚ ਰੁਕਾਵਟਾਂ ਪਾਉਣ ਵਾਲੇ, ਅਰਥ ਬਦਲ ਕੇ ਦੂਜੇ ਕਰਨ ਵਾਲੇ, ਬਾਅਦ ਚ ਅਰਥਾਂ ਦੇ ਅਨਰਥ ਕਰਨ ਵਾਲੇ, ਉਸ ਵੇਲੇ ਵੀ ਪਾਠ ਅੰਤਰ ਕਰਕੇ ਵਿਗਾੜਨ ਵਾਲੇ ਸੀ ਲੱਗੇ ਹੋਏ, ਉਦੋਂ ਵੀ ਲੱਗੇ ਹੋਏ ਸੀ ਗੁਰੂਆਂ ਵੇਲੇ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਵੇਲੇ ਦੇ ਹੀ ਲੱਗੇ ਹੋਏ ਤੇ ਤਾਂ ਲੱਗੇ ਰਹੇ ਸਾਈਡ ਤੇ, ਪਾਣੀ ਰਹੀ ਜਾ ਰਹੀ ਸੀ ਨਾਨਕ ਦੇ ਨੂੰ ਤੇ, ਗੁਰੂ ਘਰ ਨੂੰ ਕਿਤੇ ਪਤਾ ਨੀ ਸੀ, ਪਤਾ ਸੀਗਾ ਉਹਨਾਂ ਵੱਲ ਇਸ਼ਾਰੇ ਆਏ ਹੋਏ ਨੇ, ਹਾਲ ਵਿਚ ਵੀ ਆਏ ਹੋਏ ਨੇ, ਉਹਨਾਂ ਦਾ ਇੱਕ ਗੁਰਦਾਰ ਨੇ ਜਿਹੜੇ ਅਸਰ ਦਿਲ ਤੁਰੇ। ਠੀਕ ਹੈ। ਆਖਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਹੀ ਨੇ, ਉਹ ਦਸ ਪਾਤਸ਼ਾਹ ਵੇਲੇ ਵੀ ਰਹੇ ਨੇ, ਉਹ ਲਗਾਤਾਰ ਜਿਆਦਾ ਸਕ੍ਰਿਯ ਸੀ, ਬਾਅਦ ਚ ਉਹਦੇ ਬਾਅਦ ਵੇਲੇ ਜਿਆਦਾ ਸਕ੍ਰਿਯ ਹੋ ਗਏ, ਉਹਦੇ ਬਾਅਦ ਫਿਰ ਇੱਧਰ ਆ ਲੜੇ, ਜਦ ਵੀ ਸਕ੍ਰਿਯ ਰਹੇ ਨੇ, ਉਹਨਾਂ ਦੀ ਕਿਰਪਾ ਨਾਲ ਮੂਰਤੀਆਂ ਹੋਈਆਂ, ਉਹੀ ਹੁਣ ਲੱਗੇ ਹੋਏ ਨੇ ਦਸ ਗ੍ਰੰਥ ਨੂੰ ਹਟਾ ਦੀਏ ਵਿੱਚੋਂ, ਲੱਗੇ ਹੀ ਰਹੇ ਨੇ, ਉਹ ਹੁਣ ਵੀ ਲੱਗੇ ਹੋਏ ਨੇ, ਪਰ ਕੁਛ ਨੀ ਇਹਨਾਂ ਦੇ ਬਣ ਲੋ, ਕੁਛ ਵੀ ਨੀ ਕਰ ਸਕਦੇ ਇਹ। ਚੌਪਾਈ ਦੇ ਤਾਂ ਹੀ ਖਿਲਾਫ਼ ਹੈ, ਉਹਨਾਂ ਦੇ ਖਿਲਾਫ਼ ਹੈ ਚੌਪਾਈ ਸਾਰੀ, ਉਹ ਚੌਪਾਈ ਦੇ ਕਾਹਦੇ ਖਿਲਾਫ਼ ਨੇ, ਉਹ ਚੌਪਾਈ ਖਿਲਾਫ਼ ਹੈ ਉਹਨਾਂ ਦੇ ਸਾਰੀ, ਉਹਨਾਂ ਨੂੰ ਪਤਾ ਵੀ ਸਾਡੇ ਖਿਲਾਫ਼ ਹੈ ਚੌਪਾਈ, ਜੋ ਕਰਮ ਕਰ ਰਹੇ ਨੇ ਉਹਨਾਂ ਨੂੰ ਪਤਾ ਅਸੀਂ ਆ ਕਰ ਰਹੇ ਹਾਂ, ਉਹਨਾਂ ਦੇ ਖਿਲਾਫ਼ ਚੌਪਾਈ ਹੈ, ਕੁਛ ਹੈ ਕਰਤਾ,
ਸ਼੍ਰੀ ਅਸਤੁਜ ਜੇ ਪਏ ਦਿਆਲਾ ਪੂਰਨ ਕਰਾ ਗ੍ਰੰਥ ਸਤਕਾਲ ਚੌਪਈ ਹੋਈ ਹੈ ਸਾਰੀ ਮਹਾਂਕਾਲ ਦਾ ਹੀ ਹੈ ਸਾਰਾ ਅੱਛਾ ਜੀ ਚਰਿੱਤਰ ਮਹਾਂਕਾਲ ਦਾ ਪਹਿਲਾ ਚਰਿੱਤਰ ਚੰਡੀ ਦਾ ਸੀ ਅੱਛਾ ਜੀ ਆਖਰੀ ਆ ਚਰਿੱਤਰ ਮਹਾਂਕਾਲ ਦਾ ਉੱਥੇ ਪਹਿਲਾਂ ਮਾਤਾ ਦਾ ਚਰਿੱਤਰ ਸੀ ਉੱਥੇ ਉਹਦਾ ਪਿਤਾ ਦੇ ਰੂਪ ਚ ਚਰਿੱਤਰ ਗੱਲ ਇੱਕੋ ਹੀ ਹੈ ਸ੍ਰੀ ਅਸੋਜਾ ਪਏ ਦਿਆਲਾ ਪੂਰਨ ਗ੍ਰੰਥ ਕਰਾ ਤਤਕਾਲਾ ਪੂਰਨ ਕਰਾ ਗ੍ਰੰਥ ਸਾਰਾ ਗ੍ਰੰਥ ਸਤਕਾਲ ਪੂਰਾ ਕਰ ਲਿਆ ਮਨ ਬਾਂਛਣ ਫਲ ਪਾਵੇ ਸੋਈ ਦੁੱਖ ਨਾ ਤਿਸੇ ਵਿਆਪਤ ਕੋਈ ਮਨ ਬਾਂਛਣ ਫਲ ਪਾਵੇ ਸੋਈ ਹੋਈ ਮਨ ਬਾਂਛਣ ਫਲ ਪਾਊਗਾ ਉਹਨੂੰ ਕੋਈ ਦੁੱਖ ਵਿਆਪਤ ਨਹੀਂ ਹੋਊਗਾ ਅੜਿਲ ਸੁਣੇ ਗੁੰਗ ਜੋ ਯਾਹੇ ਸੋ ਰਸਨਾ ਪਾਵਈ ਸੁਣੇ ਮੂਲ ਦੁਖ ਦਰਦ ਭਉ ਨਿਕਟਣਾ ਤਿੰਨ ਨਰਕੋ ਰਹਿ ਹੈ ਜੋ ਯਾਖੀ ਇੱਕ ਵਾਰ ਚੌਪਾਈ ਕੋ ਕਹਿ ਸਾਰੀ ਚੌਪਾਈ ਨੂੰ ਕਹਿੰਦੇ ਇੱਕ ਵਾਰ ਸਮਝ ਲਵੇ ਸਾਰੀ ਨੂੰ ਸਮਝ ਕੇ ਬਿਆਨ ਕਰ ਦੇਵੇ ਹੈ ਉਹੀ ਹੈ ਰਾਮਗੜ੍ਹ ਮੇ ਭੇਜ ਜਾਂ ਚੌਪਾਈ ਨੇ ਖੁਲਾਸਾ ਕਰ ਦੇਵੇ ਨਾ ਉਹ ਕੋਈ ਆਦਮੀ ਬਿਆਨ ਕਰ ਦੇਵੇ ਸਾਰੀ ਨੂੰ ਸਮਝ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਸਾਰੇ ਉੱਪਰ ਬਿਆਨ ਬਿਆਨ ਕਰ ਸਕਦਾ ਗੱਲ ਆ
ਕਹਿ ਗਿਆ ਲਫ਼ਜ਼ ਕਹਿਆ ਵਰਤਿਆ ਪੜ੍ਹਨ ਨੀ ਵਰਤਿਆ ਤੇ ਪੜ੍ਹਨ ਨੂੰ ਕਹਿ ਮਤਲਬ ਕੋਈ ਪੜ੍ਹ ਲਵੇ ਹਾਂ ਪੜ੍ਹਨ ਹੋਰ ਗੱਲ ਹੈ ਕਹਿਣਾ ਹੋਰ ਗੱਲ ਹੈ ਸਮਝ ਕੇ ਕਹਿਣਾ ਜਿਹਨੂੰ ਗੱਲ ਦਾ ਨੀ ਪਤਾ ਕਹਿਣਾ ਹੋਰ ਗੱਲ ਹੈ ਰਾਮ ਕਹਿਣ ਦੇ ਭੇਦ ਉੱਥੇ ਵੀ ਕਹਿਆ ਲਫ਼ਜ਼ ਵਰਤਿਆ ਪੜ੍ਹ ਪੜ ਗੱਡੀ ਲੱਗੀ ਵਰਤਿਆ ਜੋ ਆਦਮੀ ਚ ਲਫ਼ਜ਼ ਵਰਤਦੇ ਨੇ ਜਿਹੜੇ ਢੰਗ ਦਾ ਉਹੀ ਗੱਲ ਕਹੀ ਹੋਈ ਹੈ ਇੱਥੇ ਵੀ ਉਸੇ ਅੰਡਲ ਤੋਂ ਠੀਕ ਹੈ ਜੀ ਜੋ ਇਹ ਸਾਰੀ ਚੌਪਈ ਨੂੰ ਅਰਥਾ ਦੂਗਾ ਉਹ ਸਾਰਾ ਬ੍ਰਹਮ ਗਿਆਨ ਅਰਥਾ ਸਕਦਾ ਸਾਨੂੰ ਸਮਝਾ ਸਕਦਾ ਕਲਾ ਹੈ ਠੀਕ ਹੈ ਜੀ ਹੁਣ ਚੌਪਈ ਜੀ ਅਖੀਰੀ ਸੰਬਤ ਸਤਰਹ ਸਹਿਸ ਭਣੀਜੈ ਅਰਧ ਸਹਿਸ ਫੁਨ ਤੀਨ ਕਹੀਜੈ ਸਤਰਾਂ ਸੌ ਸੰਬਤ ਹੁਣ ਸੰਬਤ ਹੈ ਸਤਾਰਾਂ ਸੌ ਅਰਧ ਸਹਿਸ ਪੰਜਾਹ ਹੋਰ ਲਾ ਲੋ ਸਤਾਰਾਂ ਸੌ ਪੰਜਾਹ ਹੋ ਗਏ ਤਿੰਨ ਉੱਤੇ ਫੁਨ ਤੀਨ ਕਹੀਜੈ ਤਿੰਨ ਹੋਰ ਹੋ ਗਏ ਹੁਣ ਕੈਲੰਡਰ ਵਾਲੇ ਜਿਹੜੇ ਰੌਲਾ ਪਾਉਂਦੇ ਨੇ ਇਹਨਾਂ ਨੂੰ ਪੁੱਛਿਆ ਜੀ ਕੈਲੰਡਰ ਸਿੱਖਾਂ ਦੇ ਵੱਖਰੇ ਦੀ ਲੋੜ ਹੁੰਦੀ ਦਸਮ ਪਾਤਸ਼ਾਹ ਹੀ ਬਣਾ ਲੈਂਦੇ ਜਿਹੜਾ ਕੈਲੰਡਰ ਉਹਨਾਂ ਨੇ ਵਰਤਿਆ ਤੁਹਾਨੂੰ ਦਰਦ ਹੁੰਦਾ ਉਹਨੂੰ ਨੀ ਵਰਤਦੇ ਤੁਸੀਂ ਕਿਉਂ ਨੀ ਵਰਤਦੇ ਉਹ ਤੋਂ ਬੜਾ ਕੰਮ ਕਰ ਦੋਗੇ ਕੋਈ ਪਰਿਵਾਰ ਵਾਲ ਨੂੰ ਕੋਈ ਇਹ ਬੰਦੇ ਬਹੁਤ ਸ਼ਰਾਰਤੀ ਨੇ ਉਹਨਾਂ ਧਰਮ ਦੀ ਨਕਲ ਕਰਦੇ ਨੇ ਜਿਹੜੇ ਧਰਮ ਦੇ ਸਾਡੇ ਧਰਮ ਦੇ ਪੈਰਾਂ ਵਰਗੇ ਵੀ ਨਹੀਂ ਮਿੱਟੀ ਨੇ ਬਿਲਕੁਲ ਸਾਹਮਣੇ ਜਿਹੜੇ ਗੱਲ ਦਾ ਕਹਿੰਦੇ ਖਾਲਸਾ ਪਿਆਰਾ ਉਹ ਰੀਸ ਕਰ ਦੋ ਤੁਸੀਂ ਉਹਨਾਂ ਦੀ ਖੋਟੇ ਜਿਹੜੇ ਧਰਮ ਦੇ ਮੈਨੂੰ ਕਹਿਣਾ ਗੱਲ ਹੀ ਚਾਹੀਦਾ ਇਹ ਉਹਨਾਂ ਦੇ ਵੀ ਧਰਮ ਨੇ ਚਲੋ ਕਹਿੰਦੀ ਜਿਹੜੇ ਇਸ ਧਰਮ ਨੂੰ ਘਟੀਆ ਧਰਮ ਦੇ ਐ ਕਹਿ ਲੋ ਇਹ ਆਪ ਮੰਨਦੇ ਨੇ ਘਟੀਆ ਉਹ ਧਰਮ ਵਾਲੇ ਤਾਂ ਨੀ ਘਟੀਆ ਮੰਨਦੇ ਆਪ ਇਹ ਮੰਨਦੇ ਨੇ ਘਟੀਆ ਨੇ ਉਹਨਾਂ ਦੀ ਰੀਸ ਵਧੀਆ ਵਾਲੇ ਕਿਉਂ ਕਰਦੇ ਨੇ ਥੋੜਾ ਜਿਹਾ ਧਰਮ ਵਧੀਆ ਤੁਸੀਂ ਉਹਨਾਂ ਘਟੀਆ ਵਾਲੇ ਦੀ ਰੀਸ ਕਿਉਂ ਕਰਦੇ ਹੋ ਕੈਲੰਡਰ ਘਟੀਆ ਧਰਮ ਵਾਲਿਆਂ ਦੇ ਨੇ ਕੈਲੰਡਰ ਉਹਨਾਂ ਦਾ ਜਿਹਨੇ ਰਾਜ ਕਰਨਾ ਗੁਰਬਾਣੀ ਰਾਜ ਕਰਦੀ ਆਗਿਆ ਹੀ ਨੀ ਦਿੰਦੀ ਸਾਨੂੰ ਸਾਡਾ ਕੈਲੰਡਰ ਤਾਂ ਉਦੋਂ ਤੋਂ ਸ਼ੁਰੂ ਹੋਇਆ ਜਦ ਦੀ ਸ੍ਰਿਸ਼ਟੀ ਬਣੀ ਹੋਈ ਹੈ ਸਾਡਾ ਵਿਚਾਰੇ ਜਿਵੇਂ ਸ਼ੁਰੂ ਹੋ ਜੂਗਾ ਉਦੋਂ ਦਾ ਹੀ ਇਹ ਮਤ ਹੈ ਉਦੋਂ ਦਾ ਹੀ ਨਾਮ ਹੈ ਨਾਨਕ ਨਾਲ ਕਿਉਂ ਸ਼ੁਰੂ ਕਰਦੇ ਨੇ ਕੈਲੰਡਰ ਇਹ ਨਾਨਕ ਬਣਿਆ ਖਾਲੀ ਕਿੰਨੇ ਕੁ ਪੈਦਾ ਹੋਏ ਨੇ ਗਾਹ ਨੂੰ ਕਿੰਨੇ ਕੁ ਪੈਦਾ ਹੋਣਗੇ ਇੱਥੇ ਤਾਂ ਹੁੰਦੇ ਹੀ ਰਹਿੰਦੇ ਨੇ ਪੈਦਾ ਸਾਰੇ ਭਗਤ ਫਰੀਦ ਤਾਂ ਕਹਿ ਰਿਹਾ ਗੁਣੀ ਫਿਰਿਆ ਮੈਂ ਭਰਾ ਲੋਕ ਕਹਿਣ ਦਰਵੇਸ਼ ਹੁਣ ਵੀ ਜੇ ਨਾਨਕ ਆ ਜਾਵੇ ਇਹਨਾਂ ਨੇ ਗੁਰਦੁਆਰੇ ਨੀ ਵੜਨ ਦੇਣਾ ਉਹਨੂੰ ਗੱਲਾਂ ਮਾਰਦੇ ਨੇ ਵਿਆਜ ਦੀ ਗੱਲ ਲੱਗਿਆ ਕਿ ਇਹਨਾਂ ਨੂੰ ਤਾਂ ਉਹਨਾਂ ਨੇ ਕੀਤੀ ਤੂੰ ਪੰਡਤਾਂ ਨੂੰ ਜੋ ਇਹ ਲੱਛਣ ਕਰਦੇ ਨੇ ਤੜਕੇ ਜਾ ਕੇ ਢੋਲਕੀਆਂ ਕੁੱਟਣ ਲੱਗ ਜਾਂਦੇ ਨੇ ਨਾ ਬਈ ਕਰਦੇ ਹਾਂ ਅਸੀਂ ਪ੍ਰਭਾਤ ਫੇਰੀਏ ਉਹਨਾਂ ਦੇ ਡੰਗ ਫੇਰੂ ਆ ਕੇ ਇਹ ਕੰਮ ਕਰਦੇ ਮੈਂ ਤੈਨੂੰ ਕਰ ਗਿਆ ਤਾਂ ਪ੍ਰਭਾਤ ਫੇਰੀ ਆ ਤੇ ਜੋਗੀਆਂ ਦਾ ਕੰਮ ਹੈ ਤਾਂ ਬਰਾਕੀ ਦਾ ਫਿਰ ਤੂੰ ਮੱਤ ਵੱਲ ਲੈ ਕੇ ਖਿੱਚ ਖਿੱਚ ਕੇ ਹੌਲੀ 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 ਲਿਜਾ ਰਹੇ ਨੇ ਕਦੇ ਪ੍ਰਭਾਤ ਫੇਰੀਆਂ ਕਦੇ ਕੁਛ ਨਵੇਂ ਨਵੇਂ ਸਟੰਟ ਇਹ ਸਭ ਇਹਨਾਂ ਲੋਕਾਂ ਨੇ ਪੈਦਾ ਕੀਤੇ ਨੇ ਸੁਗੁਣੀ ਰਾਹ ਦੇ ਪਾਠ ਸੁਗੁਣੀ ਸਾਹਿਬ ਸੋਸਾਇਟੀ ਪਾਠ ਕਰ ਕਰਕੇ ਢਾਈ ਢਾਈ ਸੌ ਦੀ ਅਰਦਾਸ ਉਹ ਗੁਰਬਾਣੀ ਦੇ ਕਹਿੰਦੀ ਬੜਬੜ ਗੱਡੀ ਲੱਗੀ ਹੈ ਕੋਈ ਤੁਸੀਂ ਸ਼ੁਕਰਾਤਾ ਠੀਕ ਹੈ ਜੀ ਫਿਰ ਸੰਬਤ ਸਤਰਹ ਸਹਿਸ ਭਣੀਜੈ ਅਰਧ ਸਹਿਸ ਫੁਨ ਤੀਨ ਕਹੀਜੈ ਵੀ ਸਤਾਰਾਂ ਸੌ ਦੇ ਵਿਚ ਪੰਜਾਹ ਤੇ ਤਿੰਨ ਐਡ ਕਰਕੇ ਸਤਾਰਾਂ ਸੌ ਤਰਵੰਜਾ ਹੋ ਗਿਆ ਤਰਵੰਜਾ ਹੋ ਗਿਆ ਹਾਂਜੀ ਸੁਧੀ ਅਸ਼ਟਮੀ ਹਾਂਜੀ ਦੇਖੋ ਇਹ ਕਿਉਂ ਕੀਤਾ ਸੁਧੀ ਅਸ਼ਟਮੀ ਸੀ ਉਧਰ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾਂ ਮੈਂ ਅਕੁਲ ਮਹਾਨ ਇਧਰ ਆਇਆ ਤੇ ਤਾਂ ਕੀਤਾ ਉਧਰ ਉਧਰ ਕਰਨਾ ਚਾਹੀਦਾ ਸੀ ਇਹ ਆਦ ਵਿਚ ਆਇਆ ਹੋਇਆ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾਂ ਮੈਂ ਅਕੁਲ ਮਹਾਨ ਇਧਰ ਆਇਆ ਇਹ ਕਬੀਰ ਦਾ ਕਿਹਾ ਹੋਇਆ ਅਸ਼ਟਮੀ ਹੈ ਚੱਲੀ ਅਸ਼ਟਮੀ ਉਧਰ ਦੀ ਗੱਲ ਹੈ ਉਧਲੇ ਪੂਰਾ ਕੀਤਾ ਗ੍ਰੰਥ ਇਹਨਾਂ ਨੂੰ ਕੀ ਪਤਾ ਕਾਹਦੇ ਕੀਤਾ ਇੱਧਰ ਨੂੰ ਉਧਰ ਰਾਤ ਹੋ ਗਈ ਰਾਤ ਨੂੰ ਕਹਿੰਦੇ ਅਜੇ ਪੂਰਾ ਕਰਨਾ
ਫਿਰ ਇੱਕ ਮਹੀਨੇ ਜਾ ਪੈਣਾ ਸੀ, ਅਗਲੇ ਮਹੀਨੇ ਹੋਣਾ ਸੀ ਪੂਰਾ। ਅੱਛਾ ਜੀ, ਆਹੋ ਆ ਗਿਆ, ਰਾਤ ਹੋ ਗਈ ਸਾਨੂੰ। ਰੱਬ ਵਾਰਾ ਦਾ ਕੀ ਮਤਲਬ? ਚਾਨਵੇਂ ਪੱਖ ਦੀ ਐਸ ਪੀ ਨਾਲੇ ਹਾਲ ਵਿਚ ਆਈ ਹੋਈ ਤਾਂ ਕਿਉਂ ਹੈ ਤੁਹਾਨੂੰ ਕੀ ਪਤਾ? ਨਾ ਜਦੋਂ ਚਾਨਣ ਪੱਖ ਦੀ ਆਪਾਂ ਕਹਿੰਦੇ ਆ, ਇਹਦਾ ਕੀ ਭਾਵ ਬਣਿਆ ਜੀ, ਵੀ ਕੋਈ ਦਿਨਾਂ ਨਾਲ ਵੀ ਕੋਈ ਫਰਕ ਹੈਗਾ? ਅੱਧ ਤੋਂ ਜਿਆਦਾ ਡੱਪ ਜਾਂਦਾ ਗਿਆਨ ਚਾਨਣ ਦਾ, ਚੰਦਰਮਾ ਅੱਧ ਤੋਂ ਜਿਆਦਾ ਡੱਪ ਜਾਂਦਾ, ਮਤਲਬ ਆਉਂਦੀਆਂ ਸਿੱਤਾਂ ਜਦ ਅੱਧ ਤੋਂ ਟੱਪ ਜਾਂਦਾ ਗਿਆਨ, ਫਿਰ ਪਿੱਛੇ ਨੂੰ ਨੀ ਮੁੜਦਾ ਹੁੰਦਾ, ਫਿਰ ਅੱਗੇ ਹੀ ਜਾਂਦਾ ਹੁੰਦਾ। ਠੀਕ ਹੈ। ਇੱਕ ਚੀਜ਼ ਆਪਾਂ ਖੜੀ ਕਰ ਲਈ, ਕੋਈ ਐਨ ਵਰਟੀਕਲ ਖੜੀ ਕਰ ਲਈ ਕੋਈ ਚਲਾ ਸਲੈਬ ਚੱਕ ਕੇ, ਨੱਬੇ ਡਿਗਰੀ ਇੱਧਰ ਹੈ, ਨੱਬੇ ਇੱਧਰ ਹੈ, ਜਿੱਧਰ ਵੀ ਇੱਕ ਦੋ ਡਿਗਰੀ ਝੁਕਾ ਸੀ ਉੱਧਰ ਨੱਪੇ ਡੂ ਲੱਭ ਕੇ ਲੈ ਜੂ, ਫਿਰ ਰੋਕਣੀ ਪਊਗੀ ਉੱਧਰੋਂ ਦੂਏ ਪਾਸੇ। ਸਾਢੇ ਸੱਤ ਤੱਕ ਬਿਲਕੁਲ ਸਲੈਬ ਨੱਬੇ ਡਿਗਰੀ ਤੇ ਆਉਂਦੀ ਹੈ, 15 ਦਿਨ ਚੋ ਅੱਠ ਵਜੇ ਅਸ਼ਟਮੀ ਹੋਗੀ ਤਾਂ ਸਲੈਬ ਦੂਏ ਪਾਸੇ ਟੇਢੀ ਹੋ ਗਈ। ਹਾਂ ਟੇਢਾ ਹੋ ਗਿਆ, ਹੁਣ ਉਹ ਰੁਕਣਾ ਨੀ, ਪਹਿਲਾਂ ਤਾਂ ਇੱਧਰੋਂ ਚੱਕ ਨੀ ਸੀ ਉਹਦਾ ਬੰਨ, ਬੰਨ ਪੱਥਰ ਹੈ, ਇਹ ਬੰਨ ਪੱਥਰ ਦੀ ਸਲੈਬ ਚੱਕੀ ਹੈ, ਸਲੈਬ ਚੱਕ ਕੇ ਖੜਾ ਕਰ ਲਿਆ ਬਿਲਕੁਲ ਸਿੱਧਾ, ਸਿੱਧਾ ਖੜਾ ਕਰਕੇ ਜੇ ਦੂਏ ਪਾਸੇ ਨੂੰ ਧੱਕਾ ਦਿੱਤਾ ਫਿਰ ਰੁਕਣਾ ਹੀ ਨੀ ਹੈ, ਫਿਰ ਆਪੇ ਉੱਧਰ ਜਾ ਪੈਣੇ ਨੇ। ਅਸ਼ਟਮੀ ਦੀ ਗੱਲ ਹੈ। ਅੱਛਾ, ਪਰ ਜਿਹੜਾ 1700 ਜਿਹੜਾ ਸੰਮਤ, ਸੰਮਤ ਦਾ ਕੀ ਭਾਵ ਹੈ ਜੀ? ਫਿਰ ਸੰਮਤ ਜਿਹੜਾ ਲਿਖਿਆ, ਸੰਮਤ ਸੰਮਤ ਜਿਹੜੇ ਨੇ ਨਾ, ਜਿਹੜੇ ਉਸ ਜ਼ਮਾਨੇ ਚੱਲਦਾ ਸੀ ਕੈਲੰਡਰ, ਉਹ ਇਹਨਾਂ ਦਾ ਚੱਲਦਾ ਸੀ ਜੋਗੀ ਵਾਲਾ, ਸਿੱਤਵਾਰ ਸਿੱਤਵਾਰ ਜੋਗੀ ਜਾਣੇ, ਮੁਸਲਮਾਨਾਂ ਦਾ ਕੈਲੰਡਰ ਹੈ ਅਸਲ ਚ ਇਹ। ਅੱਛਾ ਜੀ, ਮੁਸਲਮਾਨਾਂ ਦੇ ਰੋਜੇ ਇਹਦੇ ਨਾਲ ਰੱਖੇ ਜਾਂਦੇ, ਚੰਦਰਮਾ ਸੂਰਜ ਨੂੰ। ਹਾਂ, ਮੁਸਲਮਾਨ ਧਰਮ, ਹਾਂਜੀ, ਇਹ ਚੰਦਰਮਾ ਦਾ ਹੀ ਕਰਦੇ ਆ, ਜਿਹੜਾ ਆਪਾਂ ਦੂਆ 12 ਮਹੀਨੇ ਵਾਲਾ ਸੂਰਜ ਵਾਲਾ, ਸਾਡਾ ਤਾਂ ਕੋਈ ਵੀ ਨਹੀਂ ਕੈਲੰਡਰ ਹੈਗਾ। ਹਾਂਜੀ, ਨਹੀਂ ਜਿਹੜਾ ਆਪਾਂ ਹੁਣ ਇੰਗਲਿਸ਼ ਕੈਲੰਡਰ ਹੈ, ਹਾਂਜੀ, ਵਿਕਰਮੀ ਵਾਲਾ ਤਾਂ ਨਹੀਂ ਰੱਖਿਆ, ਵਿਕਰਮੀ ਵਾਲਾ ਹਿੰਦੂਆਂ ਦਾ ਕੈਲੰਡਰ ਹੈ। ਅੱਛਾ ਜੀ, ਵਿਕਰਮੀ ਵਾਲਾ ਕੈਲੰਡਰ ਗੁਰਬਾਣੀ ਜੀ ਨਹੀਂ ਆਇਆ ਹੋਇਆ ਹੈਗਾ, ਪਰ ਇਹ ਆਇਆ ਗੁਰਬਾਣੀ, ਜਿਹੜਾ 15 ਦਿਨ 7 ਵਾਰ ਆਏ ਨੇ ਉਹ ਕੈਲੰਡਰ ਵਰਤਿਆ। ਠੀਕ ਹੈ ਜੀ, ਹਾਂ, ਅਸੀਂ ਕਿਵੇਂ ਵਰਤ ਲੈਂਦੇ ਦੂਆ, ਇਹ ਤਾਂ ਦੂਰ ਖੜੇ, ਇਹਨਾਂ ਨੂੰ ਕੀ ਪਤਾ ਕਿਹੜਾ ਕੈਲੰਡਰ ਹੁੰਦਾ, ਗੁਰਬਾਣੀ ਦਾ ਇਹੀ ਕੈਲੰਡਰ ਰਹੂਗਾ, ਦੂਆ ਨਹੀਂ ਹੋ ਸਕਦਾ। 15 ਦਿਨ 7 ਵਾਰ ਵਾਲਾ ਚਾਹੀਦਾ ਕੈਲੰਡਰ ਸਾਡਾ, ਸਾਡਾ ਗੁਰਬਾਣੀ ਲਿਖਿਆ ਹੋਇਆ ਆਦ ਵਿੱਚ, ਹਾਂਜੀ ਲਿਖਿਆ ਹੋਇਆ ਕਬੀਰ ਜੀ ਦਾ, ਪਰ ਗਿਆਨ ਤਾਂ ਇਸੇ ਨਾਲ ਸੰਬੰਧ ਹੈ, ਹਰ ਮੁਸਲਮਾਨ ਚਾਹੇ ਕੁਛ ਵੀ ਹੈ, ਹਿੰਦੂ ਵਾਲਾ ਤੁਰਕੂ ਕੱਢ। ਠੀਕ ਹੈ ਜੀ, ਆਹੋ ਅਸੀਂ ਕੈਲੰਡਰ ਤਾਂ ਕੀ ਲੈਣਾ, ਸਾਡਾ ਤਾਂ ਜੋ ਗੁਰਬਾਣੀ ਚ ਹੈ ਕੈਲੰਡਰ ਉਹ ਅਸੀਂ ਕਿਵੇਂ ਛੱਡ ਦਾਂਗੇ? ਠੀਕ ਹੈ ਜੀ, ਇਹਦੇ ਵਿਦਵਾਨ ਨੇ ਵਿਚਾਰੇ, ਇਹਨਾਂ ਨੂੰ ਕੀ ਪਤਾ ਗੁਰਬਾਣੀ ਕੀ ਲਿਖਿਆ ਹੋਇਆ, ਕੀ ਗੱਲ ਹੈ, ਕਿਉਂ ਗੁਰਬਾਣੀ ਲਿਖੀ ਹੈ, ਕਿਹਨੇ ਲਿਖੀ ਹੈ, ਇਹਨਾਂ ਨੇ ਇਹਨਾਂ ਦਾ ਲੈਣਾ ਕੀ ਹੈ? ਹਾਂਜੀ, ਜਿਹਨਾਂ ਗੁਰੂ ਨਾਨਕ ਦਾ ਜਨਮ ਦਿਨ ਚਾਹੁੰਦਾ, ਜਿਹਦਾ ਕੋਈ ਮਤਲਬ ਹੈ ਕੋਈ ਨੀ ਹੈ, ਸਿੱਖੀ ਨਾਲ ਮਤਲਬ ਹੈ ਕੋਈ ਨੀ, ਗੁਰੂ ਨਾਨਕ ਦੇ ਜਨਮ ਦਾ ਬਿਲਕੁਲ ਕੋਈ ਮਤਲਬ ਨੀ ਹੈ, ਜਿਹਨੂੰ ਗੁਰੂ ਨਾਨਕ ਉਹਦਾ ਜਨਮ ਨੂੰ ਕਿਹਾ, ਗੁਰੂ ਨੇ ਜਨਮ ਬਣਿਆ ਹੀ ਹੈ ਨੀ, ਉਹ ਜਨਮ ਨਹੀਂ ਹੁੰਦਾ, ਭਾਵ ਆਉਣਾ ਹੁੰਦਾ, ਉਹ ਭਾਵ ਸਾਗਰ ਚ ਆਉਣਾ ਹੁੰਦਾ, ਜਨਮ ਹੁੰਦਾ ਇਹਨਾਂ ਦੇ ਕਹੇ ਤੇ, ਆਪੇ ਆ ਜਾਣਗੇ ਨਾਲੇ ਇਹਨਾਂ ਦੀ, ਇਹਨਾਂ ਦਾ ਕਿਹੜਾ ਇਹ ਸਿੱਖ ਨੇ, ਸਿੱਖ ਨੂੰ ਨੀ ਫੈਸਲਾ ਕਰਨੇ ਕਿਹੜਾ ਕੈਲੰਡਰ ਹੈ ਕਿਹੜਾ ਨੀ, ਅਖੀਰ ਨੂੰ ਤਾਂ ਹਾਲ ਤਾਂ ਸਾਰੇ ਸਿੱਖ ਨੇ, ਜਿੱਦਣ ਉੱਠ ਖੜਿਆ ਖਾਲਸਾ ਛਿੱਤਰ ਫੇਰਿਆ ਆਪੇ ਭਾਸ਼ਪੋ ਚੜ੍ਹ ਗਏ। ਠੀਕ ਹੈ ਜੀ,